ਤੁਸੀਂ ਦੇਖ ਰਹੇ ਹੋ ਮਸਕਾ ਚਸਕਾ ਟਾਈਮਸ। ਪੰਜਾਬ ਸਰਕਾਰ ਦੇ ਸਕੂਲ ਖੋਲ੍ਹਣ ਦੇ ਫੈਸਲੇ ਤੋਂ ਬੱਚੇ ਨਾਰਾਜ਼ ਅਤੇ ਮਾਪੇ ਖੁਸ਼। ਕੋਰੋਨਾ ਵਾਇਰਸ ਕਰਕੇ 2 ਸਾਲਾਂ ਤੋਂ ਬੰਦ ਪਏ ਸਕੂਲਾਂ ਨੂੰ ਖੋਲ੍ਹਣ ਲਈ ਪੰਜਾਬ ਸਰਕਾਰ ਵੱਲੋਂ ਨਵੇਂ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। ਪੰਜਾਬ ਸਰਕਾਰ ਨੇ ਆਦੇਸ਼ ਜਾਰੀ ਕੀਤੇ ਹਨ ਕਿ 2 ਅਗਸਤ ਤੋਂ ਸਰਕਾਰੀ ਅਤੇ ਨਿੱਜੀ ਸਕੂਲ ਖੋਲ੍ਹ ਦਿੱਤੇ ਜਾਣਗੇ, ਜਿਸ ਵਿੱਚ ਛੋਟੀਆਂ ਅਤੇ ਵੱਡੀਆਂ ਜਮਾਤਾਂ ਦੇ ਬੱਚੇ ਸਕੂਲ ਵਿੱਚ ਪੜ੍ਹਾਈ ਕਰਨਗੇ। ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ 11ਵੀਂ ਅਤੇ 12ਵੀਂ ਜਮਾਤ ਤੱਕ ਦੇ ਹੀ ਬੱਚਿਆਂ ਨੂੰ ਸਕੂਲ ਆਉਣ ਲਈ ਕਿਹਾ ਗਿਆ ਸੀ, ਪਰ ਹੁਣ ਛੋਟੀਆਂ ਅਤੇ ਵੱਡੀਆਂ ਜਮਾਤਾਂ ਵੀ ਸਕੂਲਾਂ ਵਿੱਚ ਲਗਾਈਆਂ ਜਾ ਸਕਦੀਆਂ ਹਨ। ਪੰਜਾਬ ਸਰਕਾਰ ਨੇ ਸਕੂਲਾਂ ਨੂੰ ਆਦੇਸ਼ ਜਾਰੀ ਕੀਤੇ ਹਨ ਕਿ ਉਹ ਕੋਰੋਨਾ ਆਦਤਾਂ ਦੀ ਪਾਲਣਾ ਕਰਕੇ ਹੀ ਬੱਚਿਆਂ ਨੂੰ ਸਕੂਲਾਂ ਵਿੱਚ ਬੁਲਾਉਣ। ਆਓ ਦੇਖਦੇ ਹਾਂ ਪੂਰੀ ਰਿਪੋਰਟ। ਚਾਹੀਦੇ ਹੈਗੇ ਆ। ਆਲਰੇਡੀ 2 ਸਾਲ ਹੋ ਚੁੱਕੇ ਨੇ ਸਕੂਲ ਬੰਦ ਨੇ, ਜਿਹਦੀ ਵਜ੍ਹਾ ਨਾਲ ਬੱਚਿਆਂ ਦਾ ਬਹੁਤ ਸਾਰਾ ਨੁਕਸਾਨ ਹੋ ਰਿਹਾ, ਅਤੇ ਸਕੂਲ ਤਾਂ ਓਪਨ ਹੋਣੇ ਚਾਹੀਦੇ ਨੇ। ਬਿਲਕੁਲ ਹੋ ਸਕਦਾ ਹੈ, ਲੇਕਿਨ ਅਗਰ ਅਸੀਂ ਪ੍ਰੋਟੈਕਸ਼ਨ ਨਾਲ ਬਾਕੀ ਚੀਜ਼ਾਂ ਓਪਨ ਕਰ ਸਕਦੇ ਹਾਂ ਤਾਂ ਫਿਰ ਸਕੂਲ ਕਿਉਂ ਨਹੀਂ? ਬਿਲਕੁਲ ਆ ਸਕਦੀ ਹੈਗੀ ਹੈ, ਲੇਕਿਨ ਮੈਂ ਉਹੀ ਗੱਲ ਕਹਿ ਰਹੀ ਹਾਂ ਕਿ ਅਗਰ ਅਸੀਂ ਪ੍ਰੋਟੈਕਸ਼ਨ ਲੈ ਕੇ ਸਕੂਲਸ ਓਪਨ ਕਰ ਦਿੱਤੇ ਜਾਣ ਤਾਂ ਫਿਰ ਇੰਨੀ ਵੀ ਕੋਈ ਵੱਡੀ ਗੱਲ ਨਹੀਂ। ਦੇਖੋ ਆਲਰੇਡੀ ਸਾਰੀਆਂ ਚੀਜ਼ਾਂ ਓਪਨ ਹੋ ਰਹੀਆਂ ਨੇ, ਕਿ ਸਿਨੇਮਾ ਘਰ ਜਿਹੜੇ ਖੁੱਲ੍ਹੇ ਹੋਏਗੇ ਨੇ, ਆਲਰੇਡੀ ਮੋਲਸ ਖੁੱਲ੍ਹਦੇ ਨੇ, ਐਡੇ ਵੱਡੇ ਮੋਲਸ ਖੁੱਲ੍ਹੇ ਨੇ, ਉੱਥੇ ਕਰੋਨਾ ਵਾਇਰਸ ਨਹੀਂ ਫੈਲ ਸਕਦਾ, ਫੈਲ ਸਕਦਾ, ਬੱਚੇ ਨਹੀਂ ਉੱਥੇ ਜਾ ਰਹੇ ਨੇ, ਆਲਰੇਡੀ ਜਾ ਰਹੇ ਨੇ, ਤਾਂ ਫਿਰ ਅਸੀਂ ਸਕੂਲਸ ਨੂੰ ਕਿਉਂ ਬੰਦ ਕੀਤਾ ਹੋਇਆ? ਅਗਰ ਅਸੀਂ ਪੂਰੀ ਪ੍ਰੋਟੈਕਸ਼ਨ ਦੇ ਨਾਲ ਅਗਰ ਅਸੀਂ ਸਕੂਲਸ ਓਪਨ ਕਰ ਦਿੱਤੇ ਜਾਣ ਔਰ ਪੂਰੀ ਪ੍ਰੋਟੈਕਸ਼ਨ ਯੂਜ਼ ਕੀਤੀ ਜਾਏ ਤਾਂ ਬੱਚਿਆਂ ਦਾ ਬਚਾਅ ਵੀ ਹੋ ਸਕਦਾ ਹੈ। ਹੈਗਾ ਦੇਖੋ ਔਨਲਾਈਨ ਕਲਾਸਿਸ ਤਾਂ ਅਸੀਂ ਮੰਨਦਿਆਂ ਲੱਗਦੀ ਪਈਆਂ, ਲੇਕਿਨ ਔਨਲਾਈਨ ਸਟੱਡੀ ਉੱਨੀ ਵਧੀਆ ਤਰੀਕੇ ਨਾਲ ਨਹੀਂ ਹੋ ਰਹੀ ਜਿੰਨੀ ਵਧੀਆ ਤਰੀਕੇ ਨਾਲ ਹੋਣੀ ਚਾਹੀਦੀ ਹੈ। ਸਟੱਡੀ ਇੱਕ ਬੱਚੇ ਨੇ ਟੀਚਰ ਦੇ ਸਾਹਮਣੇ ਬੈਠ ਕੇ ਕਰਨੀ ਔਰ ਇੱਕ ਔਨਲਾਈਨ ਕਲਾਸ ਦੇ ਵਿੱਚ ਕਰਨੀ, ਬੱਚੇ ਤਾਂ ਪੂਰੀ ਤਰ੍ਹਾਂ ਸਟੱਡੀ ਵੱਲ ਧਿਆਨ ਵੀ ਨਹੀਂ ਦੇ ਰਹੇ ਹੈਗੇ। ਪਲੱਸ ਦੇਖੋ 2 ਸਾਲ ਤੋਂ ਬੱਚੇ ਔਨਲਾਈਨ ਸਟੱਡੀ ਦੇ ਕਰਨ ਦੀ ਵਜ੍ਹਾ ਨਾਲ ਫੋਨਸ ਦੇ ਨਾਲ ਕੁਝ ਜ਼ਿਆਦਾ ਹੀ ਅਟੈਚ ਹੋ ਚੁੱਕੇ ਨੇ। ਫੋਨਸ ਦੇ ਵਿੱਚ ਉਹ ਸਟੱਡੀ ਤਾਂ ਕਰਦੇ ਨੇ, ਉਸ ਤੋਂ ਇਲਾਵਾ ਬਹੁਤ ਸਾਰੀਆਂ ਗੇਮਸ ਦੇਖਦੇ ਨੇ, ਬਹੁਤ ਸਾਰੀਆਂ ਹੋਰ ਐਕਟੀਵਿਟੀਜ਼ ਕਰਨ ਲੱਗ ਪਏ ਨੇ, ਜੋ ਕਿ ਗਲਤ ਚੀਜ਼ ਹੈਗੀ ਆ। ਔਰ ਫੋਨਸ ਦੇ ਨਾਲ ਤੁਹਾਨੂੰ ਪਤਾ ਹੈ ਕਿ ਸਾਡੀ ਬਾਡੀ ਔਰ ਸਾਡੀ ਆਈਜ਼ ਦੇ ਉੱਪਰ ਕਿੰਨਾ ਜ਼ਿਆਦਾ ਇਫੈਕਟ ਪੈ ਰਿਹਾ। ਮਤਲਬ ਕਿ ਮੈਂ ਖੁਦ ਨੈੱਟ ਦੇ ਵਿੱਚ ਵੀ ਦੇਖਿਆ, ਪੜ੍ਹਿਆ ਇਸ ਚੀਜ਼ ਨੂੰ ਲੈ ਕੇ ਕਿ ਕਾਫੀ ਸਾਰੇ ਬੱਚਿਆਂ ਨੂੰ ਬਹੁਤ ਸਾਰੀ ਆਈਜ਼ ਪ੍ਰੋਬਲਮ ਹੋ ਚੁੱਕੀਆਂ ਨੇ, ਮੈਂਟਲ ਪ੍ਰੋਬਲਮ ਹੋ ਚੁੱਕੀਆਂ ਨੇ ਸਿਰਫ ਫੋਨ ਦੀ ਵਜ੍ਹਾ ਕਰਕੇ। ਕਿਉਂ ਬੱਚੇ ਕਹਿੰਦੇ ਨੇ ਸਾਡੀ ਕਲਾਸ ਲੱਗ ਰਹੀ ਹੈ, ਹੁਣ ਪੇਰੈਂਟਸ ਨੂੰ ਕੀ ਪਤਾ ਕਲਾਸ ਲੱਗ ਰਹੀ ਹੈ? ਕਈ ਪੇਰੈਂਟਸ ਪੜ੍ਹੇ ਲਿਖੇ ਨੇ, ਕਈ ਪੇਰੈਂਟਸ ਨਹੀਂ ਪੜ੍ਹੇ ਲਿਖੇ, ਬੱਚੇ ਕਹਿ ਰਹੇ ਸਾਡੀ ਕਲਾਸ ਲੱਗ ਰਹੀ ਲੇਕਿਨ ਬੱਚਾ ਗੇਮ ਖੇਡਦਾ ਪਿਆ। ਹੁਣ ਪੇਰੈਂਟਸ ਦੇ ਵਿੱਚ ਕੀ ਗਲਤੀ ਹੈ? ਬਹੁਤ ਸਾਰੇ ਸਪੈਸ਼ਲੀ ਇਨ ਇੰਡੀਆ ਤੁਹਾਨੂੰ ਬਹੁਤ ਸਾਰੇ ਇੱਦਾਂ ਦੇ ਪਿੰਡ ਮਿਲਣਗੇ, ਇਸ ਤਰ੍ਹਾਂ ਦੇ ਬੱਚੇ ਮਿਲਣਗੇ ਜਿਨ੍ਹਾਂ ਕੋਲ ਪਿਛਲੇ 2 ਸਾਲ ਤੋਂ ਸਕੂਲਸ ਦੇ ਨਾਮ ਦੇ ਉੱਤੇ ਕੁਛ ਵੀ ਨਹੀਂ ਹੈ, ਸਟੱਡੀ ਡਿਵਾਈਸਿਸ ਦੇ ਨਾਮ ਦੇ ਉੱਪਰ ਕੁਛ ਵੀ ਨਹੀਂ ਹੈ। ਅਸੀਂ ਤਾਂ ਆਪਣੀ ਪਰਮਿਸ਼ਨ ਦੇਵਾਂਗੇ, ਕਿਉਂਕਿ ਦੇਖੋ ਬੱਚਿਆਂ ਦੇ ਵਿੱਚ ਡਿਸਿਪਲਿਨ ਨਾਮ ਦੀ ਕੋਈ ਚੀਜ਼ ਨਹੀਂ ਰਹਿ ਗਈ, ਡਿਸਿਪਲਿਨ ਤਾਂ ਬਿਲਕੁਲ ਹੀ ਖਤਮ ਹੋ ਚੁੱਕਿਆ ਹੈ ਬੱਚਿਆਂ ਦੇ ਵਿੱਚ। ਔਰ ਬੱਚੇ ਦੇਖੋ ਸਕੂਲ ਇੱਕ ਸੋਸ਼ਲਾਈਜੇਸ਼ਨ ਦਾ ਇੱਕ ਬਹੁਤ ਹੀ ਅੱਛਾ ਸਾਧਨ ਹੈਗਾ ਜਿਹੜਾ ਅਸੀਂ ਬੱਚਿਆਂ ਨੂੰ ਸੋਸ਼ਲਾਈਜ਼ ਕਰਨਾ ਸਿਖਾ ਸਕਦੇ ਹਾਂ। ਲੇਕਿਨ ਜਦੋਂ ਜੇ ਬੱਚੇ ਘਰੇ ਹੀ ਰਹਿਣਗੇ, 2 ਸਾਲ ਤੋਂ ਆਲਰੇਡੀ ਘਰੇ ਰਹਿੰਦੇ ਪਏ ਆ, ਬੱਚਿਆਂ ਦੇ ਵਿੱਚ ਇਹ ਚੀਜ਼ ਦਾ ਵੀ ਬਹੁਤ ਵੱਡਾ ਗੈਪ ਆ ਰਿਹਾ, ਬੱਚਿਆਂ ਦੇ ਵਿੱਚ ਰੂਟੀਨ ਟੁੱਟ ਚੁੱਕੀ ਹੈਗੀ ਆ। ਬੱਚਿਆਂ ਨੂੰ ਅਗਰ ਅਸੀਂ ਸਕੂਲ ਜਾਣ ਲਈ ਹੁਣ ਮਜਬੂਰ ਵੀ ਕਰਦੇ ਤਾਂ ਬੱਚਿਆਂ ਨੇ ਕਹਿਣਾ ਸਕੂਲ ਜਾਣਾ ਹੀ ਨਹੀਂ ਹੈ, ਅਤੇ ਹੌਲੀ ਹੌਲੀ ਇਹ ਚੀਜ਼ ਵਧਣੀ ਹੈ ਘਟਣੀ ਨਹੀਂ ਹੈ। ਪਰ ਨਾ ਤਾਂ ਅਸੀਂ ਸਕੂਲ ਪ੍ਰਸ਼ਾਸਨ ਨੂੰ ਕਹਿ ਸਕਦੇ ਹਾਂ ਔਰ ਨਾ ਹੀ ਅਸੀਂ ਪੇਰੈਂਟਸ ਨੂੰ ਕਹਿ ਸਕਦੇ ਹੈਗੇ ਹਾਂ। ਲੇਕਿਨ ਹਾਂ, ਇਹ ਚੀਜ਼ ਦਾ ਡਰ ਤਾਂ ਸਭ ਦੇ ਮਨਾਂ ਦੇ ਵਿੱਚ ਰਹੇਗਾ, ਲੇਕਿਨ ਇਹ ਚੀਜ਼ ਜਦੋਂ ਵਾਇਰਸ ਦੇ ਇੰਜੈਕਸ਼ਨ ਨਹੀਂ ਸੀ ਆਏ ਉਦੋਂ ਵੀ ਤਾਂ ਇਹ ਚੀਜ਼ ਦਾ ਡਰ ਸੀ ਵੱਡਿਆਂ ਦੇ ਵਿੱਚ ਵੀ, ਲੇਕਿਨ ਕੀ ਵੱਡੇ ਜਿਹੜੇ ਸੀਗੇ ਸਰ, ਜਿਸ ਤਰ੍ਹਾਂ ਮੈਂ ਆ ਜਾਂ ਮੇਰੇ ਹਸਬੈਂਡ ਨੇ, ਕਿ ਕੰਮ 'ਤੇ ਜਾਣਾ ਛੱਡ ਦਿੱਤਾ ਸੀ ਸਾਰਿਆਂ ਨੇ, ਕਿ ਬਾਹਰ ਅੰਦਰ ਜਾਣਾ ਛੱਡ ਦਿੱਤਾ ਸੀ ਸਾਰਿਆਂ ਨੇ, ਅਗਰ ਉਹ ਸਾਰੀਆਂ ਚੀਜ਼ਾਂ ਨੂੰ ਦੇਖਿਆ ਜਾਏ ਫਿਰ ਤਾਂ ਕਦੇ ਸਕੂਲ ਖੁੱਲ੍ਹਣਗੇ ਨਹੀਂ, ਓਪਨ ਹੀ ਨਹੀਂ ਹੋਣੇ ਚਾਹੀਦੇ ਆ ਸਕੂਲ 'ਤੇ। ਕਿਉਂ ਖੁੱਲ੍ਹਣੇ ਚਾਹੀਦੇ ਸਕੂਲ? ਇਸ ਲਈ ਖੁੱਲ੍ਹਣੇ ਚਾਹੀਦੇ ਕਿ ਬੱਚੇ ਘਰ ਬਿਲਕੁਲ ਨਹੀਂ ਪੜ੍ਹਦੇ, ਜਿਹੜੇ ਔਨਲਾਈਨ ਕਲਾਸਿਸ ਵੀ ਆਉਂਦੀ ਆ ਕਰਵਾਉਂਦੇ ਆ, ਬੱਚੇ ਚੀਟਿੰਗ ਕਰਕੇ ਵੀ ਕਰਦੇ ਆ ਸਾਰਾ ਕੁਝ ਕੰਮ ਵਗੈਰਾ, ਔਰ ਕੋਈ ਗੱਲ ਨਹੀਂ ਮੰਨਦੇ, ਸਾਰੀ ਦਿਹਾੜੀ ਮੋਬਾਈਲ 'ਚ ਰਹਿੰਦੇ ਆ। ਇਸ ਕਰਕੇ ਸਕੂਲ ਖੁੱਲ੍ਹਣੇ ਚਾਹੀਦੇ ਆ ਜ਼ਰੂਰ। ਫੈਕਟ ਇਹ ਹੈ ਕਿ ਬੱਚੇ ਜਿਹੜੇ ਚੀਟਿੰਗ ਕਰਕੇ ਕਰਦੇ ਆ, ਆਮ ਬੱਚਿਆਂ ਨੂੰ ਕੁਛ ਨਹੀਂ ਆਉਂਦਾ, ਲਰਨ ਕਰਨਾ ਨਹੀਂ ਹੈ ਕੁਛ ਵੀ, ਬਸ ਦੇਖ ਕੇ ਪੇਪਰ ਕਰ ਲੈਂਦੇ ਆ ਸਾਰਾ ਕੁਛ। ਜਿਸ ਤਰ੍ਹਾਂ ਤੀਸਰੀ ਲਹਿਰ ਆ ਰਹੀ ਹੈ, ਸਾਰਾ ਮਤਲਬ ਕਿ ਜਿਸ ਤਰ੍ਹਾਂ ਮੋਲਸ ਖੁੱਲ੍ਹੇ ਆ, ਸਾਰਾ ਕੁਛ ਖੁੱਲ੍ਹੇ ਆ, ਅਤੇ ਸਕੂਲ ਵੀ ਖੁੱਲ੍ਹਣੇ ਚਾਹੀਦੇ ਆ। ਜਿਸ ਤਰ੍ਹਾਂ ਇੰਜੈਕਸ਼ਨ ਸਾਨੂੰ ਸਭ ਨੂੰ ਹੋਏ ਆ, ਅਤੇ ਉਸ ਤਰ੍ਹਾਂ ਸਭ ਨੂੰ ਬੱਚਿਆਂ ਨੂੰ ਵੀ ਇੰਜੈਕਸ਼ਨ ਦੇ ਕੇ ਸਾਰਾ ਸਕੂਲ ਵਗੈਰਾ ਖੁੱਲ੍ਹਣੇ ਚਾਹੀਦੇ। ਬੱਚੇ ਤਾਂ ਕਹਿ ਰਹੇ ਨਹੀਂ ਜਾਣਾ ਚਾਹੁੰਦੇ ਕਿਉਂਕਿ ਉਹਨਾਂ ਦੀ ਰੂਟੀਨ ਖਰਾਬ ਹੋ ਚੁੱਕੀ ਹੈ, ਪਰ ਸਕੂਲ ਖੁੱਲ੍ਹਣੇ ਚਾਹੀਦੇ ਆ, ਜ਼ਰੂਰੀ ਖੁੱਲ੍ਹਣੇ ਚਾਹੀਦੇ ਆ। ਆਕਾਸ਼ਦੀਪ ਸਿੰਘ, ਕਿਹੜੀ ਕਲਾਸ ਪੜ੍ਹਦੇ ਹੋ? 4th ਕਲਾਸ। ਕਰੋਨਾ ਦੀ ਤੀਜੀ ਲਹਿਰ ਆ ਰਹੀ ਹੈ, ਸਕੂਲ ਨਹੀਂ ਖੁੱਲ੍ਹਣੇ ਚਾਹੀਦੇ। ਕਿਉਂ? ਕਿਉਂਕਿ ਬੱਚਿਆਂ ਨੂੰ ਜ਼ਿਆਦਾ ਹੋ ਸਕਦਾ ਕਰੋਨਾ ਦੀ ਤੀਜੀ ਲਹਿਰ ਨਾਲ, ਕਰੋਨਾ ਕਿਉਂਕਿ ਨਾਲੇ ਟੀਕਾ ਵੀ ਨਹੀਂ ਲੱਗਦੇ ਕਰੋਨਾ ਦੇ।
ਘਰ 'ਚ ਔਨਲਾਈਨ ਕਲਾਸ ਹੁੰਦੀ ਅਤੇ ਉੱਥੇ ਮੈਡਮਾਂ ਸਮਝਾਉਂਦੀਆਂ ਪਰ ਸਾਨੂੰ ਸਮਝ ਨਹੀਂ ਲੱਗਦੀ ਕਿਉਂਕਿ ਮੈਡਮਾਂ ਕਹਿ ਦਿੰਦੀਆਂ ਵਾ ਕਿ ਬਾਅਦ 'ਚ ਜਿੱਦਾਂ ਆਪਾਂ ਪੁੱਛੀਦਾ ਵਾ ਅਤੇ ਮੈਡਮ ਕਹਿੰਦੀ ਕਿ ਸਾਨੂੰ ਨਹੀਂ ਲਾਉਣੀਆਂ ਕਲਾਸਾਂ ਕਿਉਂਕਿ ਅਸੀਂ ਬਿਜ਼ੀ ਹਾਂ ਫਿਰ ਸਕੂਲ ਖੁੱਲ੍ਹਣੇ ਚਾਹੀਦੇ ਆ ਹਾਂਜੀ ਤੁਸੀਂ ਕਹਿ ਰਹੇ ਨਹੀਂ ਖੁੱਲ੍ਹਣੇ ਚਾਹੀਦੇ ਕਰੋਨਾ ਦੀ ਵੀ ਤੀਜੀ ਲਹਿਰ ਆ ਰਹੀ ਹੈ ਨਾ ਤਾਂ ਵੀ ਜਿੱਦਾਂ ਵੀ ਜਿੱਦਾਂ ਕਰੋਨਾ ਦੀ ਲਹਿਰ ਹੁੰਦੀ ਕੋਈ ਅਤੇ ਪਹਿਲਾਂ ਬੰਦ ਕਰ ਦਿੱਤਾ ਜਾਵੇ ਜਦੋਂ ਮਤਲਬ ਕਿ ਹਟ ਜੇ ਅਤੇ ਫਿਰ ਖੋਲ੍ਹ ਦਿੱਤਾ ਜਾਵੇ ਮੈਂ ਚਾਹੁੰਦਾ ਵਾਂ ਕਿ ਜਿਸ ਤਰ੍ਹਾਂ ਪਹਿਲਾਂ ਮਤਲਬ ਕਿ ਸਾਰਾ ਕੁਝ ਬੰਦ ਕਰ ਦੇਣ ਜਿਸ ਤਰ੍ਹਾਂ ਠੀਕ ਹੋ ਜੇ ਫਿਰ ਖੋਲ੍ਹ ਦੇਣ ਨਹੀਂ ਕਿਉਂਕਿ ਵੱਡਿਆਂ ਨੂੰ ਵੈਕਸੀਨ ਲੱਗ ਚੁੱਕੀ ਹੈ ਅਤੇ ਸਾਨੂੰ ਵੈਕਸੀਨ ਨਹੀਂ ਲੱਗੀ ਅਸੀਂ ਸਕੂਲ ਵਿੱਚ ਸ਼ੇਅਰ ਕਰਨਾ ਹੁੰਦਾ ਅਤੇ ਪੈਨਸਿਲ ਬੁੱਕਸ ਕੁਛ ਵੀ ਸ਼ੇਅਰ ਕਰਨਾ ਹੁੰਦਾ ਅਤੇ ਅਗਰ ਕਿਸੇ ਨੇ ਵੀ ਆਪਣੇ ਮੀਨਸ ਚੈੱਕ ਕਰਵਾਇਆ ਕਰੋਨਾ ਅਗਰ ਕਿਸੇ ਨੂੰ ਪੋਜ਼ਿਟਿਵ ਆ ਗਿਆ ਤਾਂ ਫਿਰ ਸਾਡਾ ਕੀ ਬਣੇਗਾ ਤੁਸੀਂ ਕੀ ਚਾਹੁੰਦੇ ਅਸੀਂ ਕਹਿੰਦੇ ਹਾਂ ਕਿ ਸਰਕਾਰ ਨੂੰ ਕੋਈ ਵਧੀਆ ਪ੍ਰਬੰਧ ਕਰਕੇ ਫਿਰ ਸਕੂਲ ਖੋਲ੍ਹਣੇ ਚਾਹੀਦੇ ਆ ਕਿਉਂਕਿ ਸਾਡੀਆਂ ਆਈਜ਼ ਵੀਕਸ ਹੋ ਸਕਦੀਆਂ ਨੇ ਸਾਡੇ ਕੁਛ ਮਤਲਬ ਮੈਂਟਲ ਬੋਡੀ ਮੈਂਟਲ ਪ੍ਰੋਬਲਮ ਹੋ ਸਕਦੀ ਹੈ ਇਸ ਕਰਕੇ ਮੋਬਾਈਲ 'ਤੇ ਸਟੱਡੀ 'ਚ ਕੁਛ ਸਮਝ ਨਹੀਂ ਆਉਂਦਾ ਅਤੇ ਅਸੀਂ ਮੈਮ ਨੂੰ ਫੋਨ ਕਰਕੇ ਪੁੱਛੀਏ ਅਤੇ ਮੈਮ ਕਹਿੰਦੇ ਅਸੀਂ ਬਿਜ਼ੀ ਹਾਂ ਅਤੇ ਇਸ ਸਮੇਂ ਸਾਨੂੰ ਫੋਨ ਨਹੀਂ ਕਰਨਾ ਅਤੇ ਅਸੀਂ ਕਿਹੜੇ ਸਮੇਂ ਫੋਨ ਕਰ ਸਕੇ ਇੱਕ ਪਾਸੇ ਤਾਂ ਤੁਸੀਂ ਕਹਿ ਰਹੇ ਵੀ ਸਕੂਲ ਨਹੀਂ ਖੁੱਲ੍ਹਣੇ ਚਾਹੀਦੇ ਦੂਸਰੇ ਪਾਸੇ ਕਹਿ ਰਹੇ ਹੋ ਕਿ ਔਨਲਾਈਨ ਪੜ੍ਹਾਈ ਦੇ ਵਿੱਚ ਦਿੱਕਤ ਆ ਰਹੀ ਹੈ ਅਤੇ ਫਿਰ ਪੜ੍ਹਾਈ ਕਿਵੇਂ ਹੋਊਗੀ ਪੜ੍ਹਾਈ ਲਈ ਕੁਛ ਅੱਛਾ ਪ੍ਰਬੰਧ ਕਰੋ ਸਰਕਾਰ ਨੂੰ ਕਹਿ ਰਹੇ ਹਾਂ ਕੁਛ ਅੱਛਾ ਪ੍ਰਬੰਧ ਕਰਕੇ ਫਿਰ ਸਕੂਲ ਖੋਲ੍ਹੋ ਮਤਲਬ ਕਿ ਵੱਡਿਆਂ ਨੂੰ ਤਾਂ ਹੁਣ ਵੈਕਸੀਨ ਲੱਗ ਚੁੱਕੀ ਹੈ ਅਤੇ ਛੋਟਿਆਂ ਨੂੰ ਨਹੀਂ ਲੱਗੀ ਹੈ ਅਤੇ ਉਹਨਾਂ ਨੂੰ ਛੋਟਿਆਂ ਬੱਚਿਆਂ ਨੂੰ ਵੀ ਲੱਗਣੀ ਚਾਹੀਦੀ ਹੈ ਫਿਰ ਸਕੂਲ ਓਪਨ ਹੋ ਕਰੋ ਇਹ ਗਲਤ ਫੈਸਲਾ ਕਿਉਂ ਗਲਤ ਫੈਸਲਾ ਕਿਉਂਕਿ ਸਾਨੂੰ ਵੈਕਸੀਨ ਨਹੀਂ ਲੱਗੀ ਵੱਡਿਆਂ ਨੂੰ ਲੱਗ ਚੁੱਕੀ ਹੈ ਤਾਂ ਕਰਕੇ ਸਕੂਲ ਨਹੀਂ ਖੁੱਲ੍ਹਣੇ ਚਾਹੀਦੇ